कोरोना वायरस की बीमारी पंजाब में बढ़ती ही जा रही है इसके लिए अब रेलवे विभाग की ओर से ट्रेन के डिब्बों को आउटलेट कोच बनाया जा रहा है इस पर देखिए एन स्टार न्यूज की स्पेशल रिपोर्ट सो so, अजी इस समय खड़े हैं अमृतसर दे रेलवे स्टेशन से ਤਾ ਗੱਲ ਕਰਦੇ ਆਂ ਕਰੋਨਾ ਵਾਇਰਸ ਬਾਰੇ ਕਰੋਨਾ ਵਾਇਰਸ ਐਸੀ ਮਹਾਮਾਰੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਿਆ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਕਰਫਿਊ ਅਤੇ ਦੇਸ਼ ਵਿੱਚ ਲੋਕਡਾਊਨ ਦਾ ਐਲਾਨ ਕੀਤਾ ਗਿਆ ਹੈ ਤੇ ਮੈਡੀਕਲ ਵਿਭਾਗ ਦੀਆਂ ਟੀਮਾਂ ਵੱਲੋਂ ਕਰੋਨਾ ਵਰਗੀ ਮਹਾਮਾਰੀ ਨਾਲ ਲੜਨ ਲਈ ਕਈ ਤਰ੍ਹਾਂ ਦੇ ਉਪਰਾਅਲੇ ਵੀ ਕੀਤੇ ਜਾ ਰਹੇ ਆ ਜਿਸ ਤੋਂ ਬਾਅਦ ਕਿ ਰੇਲਵੇ ਵਿਭਾਗ ਵੱਲੋਂ ਵੀ ਕਰੋਨਾ ਵਰਗੀ ਮਹਾਮਾਰੀ ਨਾਲ ਲੜਨ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਨੋ ਬੋਗੀਆਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਦੇ ਬਾਹਰ ਆਈਸੋਲੇਸ਼ਨ ਕੋਚ ਲਿਖਿਆ ਹੈ ਤੇ ਉਹਨਾਂ ਦਾ ਇਹ ਦਾਵਾ ਉਹਨਾਂ ਦਾ ਦਾਵਾ ਕਰਨਾ ਹੈ ਕਿ ਇਹ ਜਿਹੜੇ ਆਈਸੋਲੇਸ਼ਨ ਕੋਚ ਹੈ ਇੱਥੇ ਉਹਨਾਂ ਮਰੀਜ਼ਾਂ ਨੂੰ ਲਿਆ ਕੇ ਰੱਖਿਆ ਜਾਏਗਾ ਜੋ ਕਿ ਕਰੋਨਾ ਵਾਇਰਸ ਨਾਲ ਪੀੜਿਤ ਹੋਣਗੇ ਅਤੇ ਉਹਨਾਂ ਨੂੰ ਇੱਥੇ ਲਿਆ ਕੇ ਆਈਸੋਲੇਟ ਕੀਤਾ ਜਾਵੇਗਾ ਜਿਸੀ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਿਹੜਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਇਹ ਬੋਗੀ ਖੜੀ ਹੈ ਇਹਦੇ 7 ਕੋਚ ਹੈ ਜਿਨ੍ਹਾਂ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਲਿਆ ਕੇ ਰੱਖਿਆ ਜਾਏਗਾ ਤਾਂ ਕਿ ਉਹ ਕਰੋਨਾ ਨਾਲ ਜੰਗ ਲੜ ਕੇ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਜਾ ਸਕਣ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਦਰ ਪੂਰੀ ਤਰ੍ਹਾਂ ਨਾਲ ਜਿਹੜੀਆਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦਾ ਉਪਰਾਲਾ ਜਿਹੜਾ ਉਹ ਰੇਲਵੇ ਵਿਭਾਗ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਕਰੋਨਾ ਦੇ ਮਰੀਜ਼ ਜਦੋਂ ਇੱਥੇ ਆਣ ਤੇ ਉਹਨੂੰ ਉਹਦਾ ਇਲਾਜ ਕਰਨ ਲਈ ਉਹ ਹਰ ਪੁਕਤਾ ਉਹਨਾਂ ਕੋਲ ਪ੍ਰਬੰਧ ਹੋਣ ਹਾਲਾਂਕਿ ਇੱਕ ਜਿਹੜਾ ਕੋਚ ਉਹ ਵੱਖਰੇ ਤਿਆਰ ਕੀਤਾ ਗਿਆ ਜਿਹਦੇ ਤੇ ਮੈਡੀਕਲ ਦੇ ਜਾਂ ਡਾਕਟਰਸ ਦੀਆਂ ਟੀਮਾਂ ਰਹਿਣਗੀਆਂ ਅਤੇ ਉਹ ਉੱਥੇ ਆਰਾਮ ਕਰ ਸਕਣਗੀਆਂ ਜਾਂ ਜਿਹੜਾ ਆਪਣਾ ਕਾਗਜ਼ੀ ਪੱਤਰੀ ਕੰਮ ਉਹ ਕਰ ਸਕਣਗੀਆਂ ਅਲੱਗੇ ਰਿਲੇਪ ਭਾਗ ਦਾ ਵੀ ਕਹਿਣਾ ਹੈ ਕਿ ਜਦੋਂ ਵੀ ਕੋਈ ਟ੍ਰੇਨ ਜਾਂ ਕੋਈ ਇੰਜਨ ਇੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਚ ਐਂਟਰ ਕਰਦਾ ਹੈ ਤਾਂ ਉਹਨਾਂ ਵੱਲੋਂ ਉਹਨੂੰ ਸੈਨੇਟਾਈਜ਼ ਕਰਕੇ ਹੀ ਅਗਲੀ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ। ਇਸ ਟਾਈਮ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਇੱਕਦਮ ਆਵਾਜ਼ਾਈ ਬਿਲਕੁਲ ਨਹੀਂ ਹੈ ਅਤੇ ਟ੍ਰੇਨਾਂ ਵੀ ਇੱਕਦਮ ਬੰਦ ਕੀਤੀਆਂ ਗਈਆਂ। ਇਹ ਉਹੀ ਰੇਲਵੇ ਸਟੇਸ਼ਨ ਹੈ ਜਿੱਥੇ ਇਸ ਟਾਈਮ ਬਿਲਕੁਲ ਚਹਿਲ ਪਹਿਲ ਹੁੰਦੀ ਹੈ ਲੇਕਿਨ ਇਸ ਸੰਦਰਭ 'ਮੇ ਇੱਥੇ ਕੋਈ ਵੀ ਤੁਹਾਨੂੰ ਮੁਸਾਫਰ ਨਜ਼ਰ ਨਹੀਂ ਆਵੇਗਾ। ਅਗਰ ਜਿਹੜੇ ਇੱਥੇ ਮੁਸਾਫਰ ਜਿਹੜੇ ਇੱਥੇ ਰਹਿ ਗਏ ਸੀ ਜਿਹੜੇ ਜਾਂ ਜਿਨ੍ਹਾਂ ਦੀਆਂ ਟ੍ਰੇਨਾਂ ਛੁੱਟ ਗਈਆਂ ਸੀ ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਜਾਂ ਕਹਿ ਲੋ ਜਾਂ ਐਸਜੀਪੀਸੀ ਵੱਲੋਂ ਕਹਿ ਲੋ ਬੱਸਾਂ ਦੇ ਰਾਈ ਜਿਹੜਾ ਉਹਨਾਂ ਨੂੰ ਉਹਨਾਂ ਦੇ ਆਪਣੇ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਹੈ ਹਾਲਾਂਕਿ ਹੁਣ ਇੱਥੇ ਜੇ ਤੁਹਾਨੂੰ ਕੋਈ ਨਜ਼ਰ ਆਵੇਗਾ ਵੀ ਤੇ ਪੁਲਿਸ ਅਧਿਕਾਰੀ ਨਜ਼ਰ ਆਣਗੇ ਜਾਂ ਰੇਲਵੇ ਕਰਮਚਾਰੀ ਜਿਹੜੇ ਆਪਣੀ ਇੱਥੇ ਸੇਵਾਵਾਂ ਦੇ ਰਹੇ ਉਹੀ ਲੋਕ ਤੁਹਾਨੂੰ ਇੱਥੇ ਨਜ਼ਰ ਆਣਗੇ ਲੇਕਿਨ ਜਿਹੜਾ ਰੇਲਵੇ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਕਰੋਨਾ ਦੀ ਮਹਾਮਾਰੀ ਨਾਲ ਲੜਨ ਲਈ ਜਿਹੜਾ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਕਿਤੇ ਨਾ ਕਿਤੇ ਲੋਕਾਂ 'ਚ ਇਹ ਗੱਲ ਸੀ ਕਿ ਜੇ ਕਰੋਨਾ ਵਾਇਰਸ ਜ਼ਿਆਦਾ ਫੈਲ ਗਿਆ ਤੇ ਉਹਨਾਂ ਨੂੰ ਆਈਸੋਲੇਟ ਕਿੱਥੇ ਕੀਤਾ ਜਾਵੇਗਾ ਉਹ ਜਿਹੜਾ ਲੋਕਾਂ ਦੀਆਂ ਸ਼ੰਕਾ ਸੀ ਉਹ ਰੇਲਵੇ ਵਿਭਾਗ ਨੇ ਖਤਮ ਕਰਤੀ ਹਾਲਾਂਕਿ ਰੱਬ ਨਾ ਕਰੇ ਕਿ ਜਿਹੜੇ ਮਰੀਜ਼ਾਂ ਦੀ ਸੰਖਿਆ ਵਧੇ ਲੇਕਿਨ ਫਿਰ ਵੀ ਰੇਲਵੇ ਵਿਭਾਗ ਵੱਲੋਂ ਜਿਹੜਾ ਕਿ ਜਿਹੜਾ ਟ੍ਰੇਨਾਂ ਦੀ ਬੋਗੀਆਂ ਨੂੰ ਆਈਸੋਲੇਟ ਆਈਸੋਲੇਟ ਕੋਚ ਬਣਾ ਕੇ ਉਹ ਤਿਆਰ ਕਰ ਦਿੱਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਰੱਬ ਨਾ ਕਰੇ ਕਰੋਨਾ ਦਾ ਕੋਈ ਮਰੀਜ਼ ਵੱਧਾ ਤੇ ਉਹਨੂੰ ਇੱਥੇ ਲਿਆ ਕੇ ਆਈਸੋਲੇਟ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ